ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਕਿਵੇਂ ਹੋ ਜੀ ਤੁਸੀਂ ਸਾਰੇ? ਉਮੀਦ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅਤੇ ਰਾਜੀ ਖੁਸ਼ੀ ਹੋਵੋਗੇ। ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਆਪਾਂ ਤੋਰ ਲੱਗੇ ਹਾਂ ਜੀ ਕੱਪੜੇ, ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਇਹ। ਦੋ ਤਿੰਨ ਦਿਨਾਂ ਦੇ ਕੱਪੜੇ ਆਪਣੇ ਇਕੱਠੇ ਹੋਏ ਪਏ ਸੀ, ਅੱਜ ਮਸ਼ੀਨ ਲਾਈ ਆ ਆਪਾਂ। ਦੋ ਦਿਨ ਟਾਈਮ ਨਹੀਂ ਲੱਗਿਆ ਸੀਗਾ ਜੀ ਆਪਣਾ, ਅਤੇ ਸਵੇਰੇ ਆਪਣੇ ਇੱਥੇ ਧੁੱਪ ਆ ਜਾਂਦੀ ਹੈ ਚੜ੍ਹਦੀ, ਸਵੇਰੇ ਵੀ ਨਹੀਂ ਧੋਤੇ ਜਾਂਦੇ, ਤਾਂ ਕਰਕੇ ਆਪਾਂ ਦੁਪਹਿਰੇ ਬਾਅਦ ਮਸ਼ੀਨ ਲਾਈ ਸੀ। ਇੱਕ ਵਾਰੀ ਦੇ ਆਪਾਂ ਕੱਢ ਲਏ ਨੇ ਮਸ਼ੀਨ 'ਚੋਂ, ਅਤੇ ਹੋਰ ਪਾਏ ਹੋਏ ਨੇ ਜੀ ਮਸ਼ੀਨ 'ਚ, ਦੋ ਵਾਰੀ ਦੇ ਸੀਗੇ। ਚਿੱਟੇ ਕੱਪੜੇ ਵੱਧ ਸੀਗੇ ਜੀ ਅੱਜ, ਚਿੱਟਿਆਂ ਨੂੰ ਆਪਾਂ ਸਾਬਣ ਲਾ ਕੇ ਚੰਗੀ ਤਰ੍ਹਾਂ ਮਲ ਕੇ ਧੋ ਦਿੰਦੇ ਹਾਂ, ਬਾਕੀ ਤਾਂ ਐਵੇਂ ਧੋਤੇ ਜਾਂਦੇ ਨੇ ਜੀ, ਕੋਈ ਜ਼ਿਆਦਾ ਮੈਲੇ ਤਾਂ ਨਹੀਂ ਹੁੰਦੇ। ਇੱਕ ਦਿਨ ਕੱਪੜੇ ਨਾ ਧੋਈਏ ਜੀ ਤਾਂ ਦੂਜੇ ਦਿਨ ਨੂੰ ਢੇਰ ਲੱਗ ਜਾਂਦਾ ਕੱਪੜਿਆਂ ਦਾ। ਪਰਸੋਂ ਨਹੀਂ ਧੋਤੇ ਸੀ ਮੈਂ, ਦੋ ਸੂਟੇ ਸੀ, ਕੱਲ੍ਹ ਨਹੀਂ ਧੋਤੇ ਗਏ, ਕਿਤੇ ਜਾਣਾ ਪੈ ਗਿਆ ਸੀ ਆਪਾਂ ਨੂੰ। ਅੱਜ ਬਹੁਤ ਜ਼ਿਆਦਾ ਹੋ ਗਈ ਜੀ ਇਕੱਠੇ, ਇੱਕ ਗਰਮੀ ਵੀ ਬਹੁਤ ਜ਼ਿਆਦਾ ਜੀ ਅੱਜ। ਪੱਖਾ ਲਾ ਕੇ ਧੋ ਰਹੀ ਸੀ ਮੈਂ ਇੱਥੇ ਕੱਪੜੇ, ਸੇਕ ਮਾਰਦਾ ਸੀ ਬਾਹਰ। ਕੰਮ ਤਾਂ ਆਪਣੇ ਸਾਰਾ ਦਿਨ ਹੀ ਚੱਲੀ ਜਾਂਦੇ ਨੇ ਜੀ, ਗਰਮੀ 'ਚ ਵੀ ਠੰਡ 'ਚ ਵੀ ਕਰਨੇ ਕਰਨੇ ਨੇ। ਪਹਿਲਾਂ ਹੀ ਲੱਗਦਾ ਸੀਗਾ ਜੀ ਵੀ ਗਰਮੀ ਘੱਟ ਗਈ, ਹੁਣ ਦੋ ਤਿੰਨ ਦਿਨਾਂ ਦੀ ਫਿਰ ਬਹੁਤ ਜ਼ਿਆਦਾ ਗਰਮੀ ਪੈਣ ਲੱਗ ਗਈ, ਅੱਜ ਤਾਂ ਬਹੁਤ ਹੀ ਜ਼ਿਆਦਾ ਸੀਗੀ ਜੀ। ਇੱਕ ਵਾਰੀ ਆਪਾਂ ਨਿਚੋੜ ਕੇ ਬਾਲਟੀ 'ਚ ਕੱਢ ਲੈਣੇ ਪਾਣੀ 'ਚੋਂ, ਅਤੇ ਚਿੱਟੇ ਧੋ ਦਾਂਗੇ ਚੰਗੀ ਤਰ੍ਹਾਂ ਸਾਬਣ ਲਗਾ ਕੇ, ਚਿੱਟਿਆਂ 'ਤੇ ਰਗੜ ਕੇ ਧੋ ਦਾਂਗੇ। ਰੰਗਦਾਰ ਕੱਪੜੇ ਤਾਂ ਹੀ ਨਿੱਖਰ ਜਾਂਦੇ ਨੇ ਜੀ, ਕੋਈ ਜ਼ਿਆਦਾ ਮੈਲੇ ਤਾਂ ਨਹੀਂ ਹੁੰਦੇ, ਚਿੱਟਿਆਂ 'ਤੇ ਸਾਬਣ ਲਾਉਣੀ ਪੈਂਦੀ ਹੈ ਜੀ। ਕੱਪੜਿਆਂ ਦਾ ਕੰਮ ਹੀ ਸਾਰਿਆਂ ਤੋਂ ਵੱਡਾ ਹੁੰਦਾ ਜੀ, ਧੋਣੇ, ਸੁਕਾ ਕੇ ਸਾਂਭਣੇ, ਪ੍ਰੈੱਸ ਕਰਨੇ, ਆਪਦੀ ਜਗ੍ਹਾ 'ਤੇ ਰੱਖਣੇ, ਟਿਕਾ ਕੇ ਤਹਿਾਂ ਲਾ ਕੇ ਸਾਰੇ। ਇਹ ਆਪਾਂ ਮਸ਼ੀਨ 'ਚ ਪਾ ਦਾਂਗੇ, ਸੁੱਕ ਜਾਣਗੇ। ਧੋਣ ਵਾਲੇ ਪਾਸੇ ਦੋ ਵਾਰੀ 'ਚ ਧੋਤੇ ਗਏ ਸੀਗੇ ਜੀ, ਅਤੇ ਉੱਧਰ ਆਪਾਂ ਚਾਰ ਵਾਰੀ ਸੁਕਾਏ ਨੇ। ਇਹ ਪਿੱਛੇ ਬਾਲਟੀ ਰੱਖੀ ਹੋਈ ਹੈ ਜੀ, ਇਹਦੇ ਵਿੱਚ ਏਸੀ ਦਾ ਪਾਣੀ ਡਿੱਗਦਾ ਇੱਥੋਂ, ਨਹੀਂ ਫਿਰ ਉਹਦੇ ਸਿੱਟੇ ਪਈ ਜਾਂਦੇ ਨੇ ਉੱਤੇ। ਇਹ ਚਿੱਟੀ ਵਰਦੀ ਸੀਗੀ ਜੀ ਬੇਟੇ ਦੇ ਸਕੂਲ ਦੀ, ਚਿੱਟੀ ਪੈਂਟ, ਦੋ ਸ਼ਰਟਾਂ, ਬਨੈਣਾ ਵਗੈਰਾ ਹੋ ਜਾਂਦੀਆਂ ਨੇ, ਰੁਮਾਲਾਂ। ਚਿੱਟੇ ਕੱਪੜੇ ਘੱਟ ਨਿਖਰਦੇ ਨੇ ਜੀ ਮਸ਼ੀਨ 'ਚ, ਹੱਥਾਂ ਨਾਲ ਧੋਣੇ ਪੈਂਦੇ ਨੇ।
ਆਪਾਂ ਸਾਰੇ ਕੱਪੜੇ ਸੁੱਕਣੇ ਪਾ ਦਿੱਤੇ ਨੇ, ਦੁਬਾਰੇ ਵਾਲੇ ਵੀ ਧੋ ਕੇ ਕੱਢ ਲਏ ਸੀ ਆਪਾਂ, ਸਾਰੀਆਂ ਤਾਰਾਂ ਭਰ ਗਈਆਂ ਜੀ, ਬਹੁਤ ਜ਼ਿਆਦਾ ਹੋਏ ਪਏ ਸੀ ਕੱਪੜੇ। ਅਤੇ ਹੁਣ ਆ ਗਏ ਜੀ ਆਪਾਂ ਰਸੋਈ 'ਚ, ਰੋਟੀ ਬਣਾ ਰਹੇ ਹਾਂ ਜੀ। ਕੱਪੜਿਆਂ ਤੋਂ ਬਾਅਦ ਫਿਰ ਵੀਡੀਓ ਨਹੀਂ ਬਣਾਈ ਸੀ, ਇਹ ਹੁਣ ਸ਼ਾਮ ਦਾ ਟਾਈਮ ਹੈ ਜੀ। ਮੱਝਾਂ ਦਾ ਕੰਮ ਕਰ ਆਈ ਸੀ ਉੱਧਰ, ਆਪਾਂ ਧਾਰਾਂ ਵਗੈਰਾ ਚੋ ਲਿਆ ਸੀ, ਅਤੇ ਹੁਣ ਰੋਟੀ ਬਣਾ ਰਹੇ ਹਾਂ। ਅੱਜ ਕੜੀ ਆਪਣੇ ਬਣਾਈ ਹੋਈ ਸੀਗੀ ਜੀ, ਸਵੇਰੇ ਬਣਾਈ ਸੀ। ਅਸੀਂ ਸ਼ਾਮ ਨੂੰ ਕੜੀ ਨਹੀਂ ਬਣਾਉਂਦੇ ਜੀ, ਸਵੇਰੇ ਬਣਾ ਲੈਂਦੇ ਹਾਂ ਜਾਂ ਦੁਪਹਿਰੇ, ਸ਼ਾਮ ਨੂੰ ਕਦੇ ਨਹੀਂ ਬਣਾਈ। ਥੋੜ੍ਹੀਆਂ ਜਿਹੀਆਂ ਰੋਟੀਆਂ ਬਣਾ ਲਾਂਗੇ, ਦੁਪਹਿਰੇ ਆਪਾਂ ਚੌਲ ਬਣਾ ਲਏ ਸੀ ਕੜੀ ਨਾਲ, ਚੌਲ ਵੀ ਪਏ ਨੇ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਅਤੇ ਇੱਕ ਸੋਹਣਾ ਜਿਹਾ ਕਮੈਂਟ ਪਿਆਰਾ ਜਿਹਾ ਜ਼ਰੂਰ ਕਰਨਾ ਜੀ। ਹਜੇ ਤਵਾ ਆਪਣਾ ਗਰਮ ਨਹੀਂ ਹੋਇਆ ਸੀਗਾ ਜੀ, ਥੋੜ੍ਹਾ ਜਿਹਾ ਟਾਈਮ ਲੈਂਦਾ ਜੀ ਇਹ ਗਰਮ ਹੋਣ ਨੂੰ, ਫਿਰ ਜ਼ਿਆਦਾ ਭੱਖ ਜਾਂਦਾ, ਇੱਕ ਵਾਰੀ ਪਹਿਲਾਂ ਥੋੜ੍ਹਾ ਜਿਹਾ ਟਾਈਮ ਲੈਂਦਾ। ਅਤੇ ਇੱਧਰ ਆਪਾਂ ਰੱਖ ਲਈ ਸੀ ਕੜੀ ਗਰਮ ਹੋਣ ਲਈ, ਇਹ ਆਪਣੇ ਬਣੇ ਪਏ ਨੇ ਜੀ ਚੌਲ, ਦੁਪਹਿਰੇ ਬਣਾਏ ਸੀ। ਇਹ ਬਣੀ ਹੋਈ ਹੈ ਜੀ ਕੜੀ, ਅਸੀਂ ਸਿੰਪਲ ਕੜੀ ਬਣਾਉਂਦੇ ਹੁੰਦੇ ਹਾਂ ਜੀ, ਪਿਆਜ਼ ਵੱਧ ਪਾ ਲੈਂਦੇ ਹੁੰਦੇ ਹਾਂ ਕੱਟ ਕੇ, ਪਕੌੜੇ ਨਹੀਂ ਪਾਉਂਦੇ ਹੁੰਦੇ, ਪਕੌੜੇ ਸਾਨੂੰ ਸਵਾਦ ਨਹੀਂ ਲੱਗਦੇ ਜੀ, ਅਸੀਂ ਕਦੇ ਨਹੀਂ ਬਣਾਈ ਪਕੌੜਿਆਂ ਵਾਲੀ ਕੜੀ। ਅਤੇ ਨਾਲ ਬਣਾ ਲਾਂਗੇ ਜੀ ਆਪਾਂ ਰੋਟੀ, ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ, ਤੁਹਾਡੇ ਸਾਥ ਅਤੇ ਸਪੋਰਟ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਆਪਣਾ ਸਾਥ ਬਣਾਈ ਰੱਖਣਾ ਅਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹਿਣਾ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਤਾਂ ਕਿ ਆਪਣੀ ਯੂਟਿਊਬ ਫੈਮਿਲੀ ਵੱਡੀ ਹੋ ਸਕੇ। ਕੜੀ ਗਰਮ ਹੋਣ 'ਤੇ ਆਪਾਂ ਗੈਸ ਬੰਦ ਕਰ ਦਾਂਗੇ, ਰੋਟੀਆਂ ਬਣਾ ਲਾਂਗੇ ਜੀ। ਰੋਟੀਆਂ ਥੋੜ੍ਹੀਆਂ ਹੀ ਬਣਾਉਣੀਆਂ ਨੇ ਆਪਾਂ, ਚੌਲ ਨੇ ਨਾਲ, ਅਤੇ ਨਾਲ ਆਪਾਂ ਪਿਆਜ਼ ਕੱਟ ਕੇ ਰੱਖ ਲਾਂਗੇ ਜੀ। ਅੱਜ ਲੱਸੀ ਬਣਾਵਾਂਗੇ ਜੀ ਕੱਚੀ, ਗਰਮੀ ਬਹੁਤ ਜ਼ਿਆਦਾ, ਅੱਜ ਲੱਸੀ ਪੀਣ ਨੂੰ ਮਨ ਕਰਦਾ, ਲੱਸੀ ਬਣਾ ਲਾਂਗੇ ਆਪਾਂ। ਠੰਡੀ ਹੁੰਦੀ ਹੈ ਜੀ ਉਹਦੀ ਤਸੀਰ ਕੱਚੀ ਲੱਸੀ ਦੀ, ਜ਼ਰੂਰ ਪੀਣੀ ਚਾਹੀਦੀ ਹੈ ਗਰਮੀ 'ਚ ਬਣਾ ਕੇ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਅਤੇ ਕਮੈਂਟ ਵੀ ਜ਼ਰੂਰ ਕਰਿਓ, ਜਿਹੜੇ ਨਵੇਂ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ।